लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। एक्शन प्लान बनाते ने फाइलां गुम होके खत्म हो जाते एक्शन कोई होते ही नहीं। मैं थोड़े से आंदोलन चेयरमैन साहब लखा सिंह सधाना जिला बठिंडा जी थोड़े ना फोन से मेरी कई बार गलबात हुई है। 8 महीने पहला मैं थोड़े को ध्यान से लिया मसला कार के सीधा खूह थले करके पानी सिट रहे थे ਤੁਹਾਨੂੰ ਵੀਡੀਓ ਵੀ ਭੇਜੀ ਸੀ ਕੋਈ ਕਾਰਵਾਈ ਫੋਨ ਤੇ ਗੱਲ ਕੀਤੀ ਤੁਸੀਂ ਕਿਹਾ ਤੁਰੰਤ ਐਕਸ਼ਨ ਕਰਾਂਗੇ ਵੀ ਤੁਹਾਨੂੰ ਭੇਜੋ ਸਾਨੂੰ ਪਰ ਤੁਹਾਡੇ ਵੱਲੋਂ ਨਾ ਤਾਂ 8 ਮਹੀਨੇ ਪਹਿਲਾਂ ਉਹਦਾ ਕਾਲ ਸੀਗਾ ਗੰਦ ਪਾ ਰਿਹਾ ਸਮਾਇਲ ਪਾ ਰਿਹਾ ਪਾਣੀ ਇੱਕ ਤਾਂ ਪਰਸੋਂ ਇਹਨਾਂ ਵੀਡੀਓ ਆ ਜਾਵੇ ਤੁਹਾਡੇ ਵਟਸਐਪ ਨੰਬਰ ਤੇ ਮੈਂ ਭੇਜ ਦਿੰਦਾ ਪਿੰਡਾਂ ਲੰਘਿਆ ਅੱਜ ਉਹਨਾਂ ਨਾਲ ਫੋਨ ਕਰਦੇ ਆ ਤੁਹਾਡੇ ਨਾਲ ਗੱਲ ਵੀ ਕਰਦੇ ਤੁਹਾਨੂੰ ਵੀਡੀਓ ਵੀ ਭੇਜਦੇ ਆ ਕਾਰਵਾਈ ਕੋਈ ਨੀ ਹੈਗੀ ਜੇ ਮਿੱਟੀਆਂ ਕੋਲ ਨਾ ਦੇ ਕੇ ਮੀਟਿੰਗਾਂ ਕਰਕੇ ਤਾਂ ਕੀ ਫਾਇਦਾ ਅਸੀਂ ਕਹਿੰਦੇ ਬਠਿੰਡੇ ਵਾਲਾ ਬਿਆਹ ਬਠਿੰਡਾ ਜਿਹਦਾ ਬਠਿੰਡੇ ਵੱਲੋਂ ਮੈਨੂੰ ਪਾ ਦਿਓ ਜਿਹੜੀ ਐਕਸ਼ਨ ਦੀ ਗੱਲ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ 6 ਮਹੀਨਾ ਟਾਈਮ ਦੇ ਵਿੱਚ ਕੋਈ ਬੂੰਦ ਵੀ ਪਾਣੀ ਕੋ ਧਰਤੀ ਹੇਠਾਂ ਪਾ ਜੇ ਆਪਣੀ ਨੀਂਦ ਸਾਫ਼ ਹੋ ਮਤਲਬ ਨਹੀਂ ਕੋਈ ਪਾ ਦੇ ਪਾਣੀ ਆਹ ਦੇਖੋ ਜੀ ਅਖੀਰ ਦੀ ਮੇਰੀ ਬੇਨਤੀ ਆ ਨਰੋਆ ਪੰਜਾਬ ਮੰਚ ਵੱਲੋਂ ਗੰਦੇ ਕੀਤੇ ਜਾ ਰਹੇ ਦਰਿਆਵਾਂ ਤੇ ਹੇਠਲੇ ਪਾਣੀ ਨੂੰ ਲੈ ਕੇ ਵਿੱਡੀ ਮੁਹਿੰਮ ਤਹਿਤ 22 ਜੁਲਾਈ ਨੂੰ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਘਿਰਾਓ ਕੀਤਾ ਜਾਣਾ ਸੀ ਉਸ ਤਹਿਤ ਅੱਜ ਨਰੋਆ ਪੰਜਾਬ ਮੰਚ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ਹੋਈ ਜਿੱਥੇ ਲੱਖਾ ਸਧਾਰਨ ਨੇ ਬੋਲਦਿਆਂ ਸਾਰੀ ਪੋਲ ਖੋਲ ਦਿੱਤੀ ਕਿ ਉਹਨਾਂ ਨੇ ਮੌਕੇ ਦੀਆਂ ਵੀਡੀਓਜ਼ ਭੇਜ ਕੇ ਫੋਨ ਕਰਕੇ ਦੱਸਿਆ ਵੀ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪੰਜਾਬ ਮੰਚ ਦੀ ਟੀਮ ਬੈਠੀ ਹੈ ਰਾਜਸਥਾਨ ਤੋਂ ਆਏ ਬੈਠੇ ਨੇ ਬੜੀਆਂ ਗੱਲਾਂ ਬਾਤਾਂ ਹੋਈਆਂ ਸਾਰੇ ਇੱਥੇ ਚਿੰਤਤ ਬੰਦੇ ਬੈਠੇ ਨੇ ਜਿਹੜੇ ਪੰਜਾਬ ਦੇ ਜਾਂ ਰਾਜਸਥਾਨ ਦੇ ਆਏ ਨੇ ਪੰਜਾਬ ਦੇ ਪਾਣੀਆਂ ਨਾਲ ਕੀ ਹਾਲਾਤ ਹੋ ਰਹੀ ਹੈ ਸਤਲੁਜ ਦੀ ਗੱਲ ਕਰ ਲਓ ਬਿਆਸ ਦੀ ਗੱਲ ਕਰ ਲਓ ਕਾਲੇ ਸਿੰਘ ਰੇਤ ਦੀਆਂ ਗੱਲਾਂ ਹੋਈਆਂ ਕਾਲੀ ਬਈ ਚਿੱਟੀ ਜਿਹੜੀ ਬਈਆਂ ਦੀਆਂ ਗੱਲਾਂ ਹੋਈਆਂ ਘੱਟਰ ਪੰਜਾਬ ਦੀ ਗੱਲ ਹੋਈ ਹੈ। ਚੇਅਰਮੈਨ ਸਾਹਿਬ ਤੁਸੀਂ ਵੀ ਕਿਹਾ ਕਿ ਐਕਸ਼ਨ ਪਲਾਨ ਬਣ ਰਹੇ ਨੇ ਅਸੀਂ ਐਕਸ਼ਨ ਵੀ ਕਰ ਰਹੇ ਹਾਂ ਅਸੀਂ ਬਹੁਤ ਕਾਰਵਾਈ ਵੀ ਕੀਤੀ ਆ ਐਕਸ਼ਨ ਪਲਾਨ ਬਣਦੇ ਨੇ ਫਾਈਲਾਂ ਗੁੰਮ ਹੋ ਕੇ ਖਤਮ ਹੋ ਜਾਂਦੇ ਐਕਸ਼ਨ ਕੋਈ ਹੁੰਦੇ ਹੀ ਨਹੀਂ। ਮੈਂ ਤੁਹਾਡੇ ਧਿਆਨ ਦੇਣਾ ਚੇਅਰਮੈਨ ਸਾਹਿਬ ਲੱਖਾ ਸਿੰਘ ਸਧਾਨਾ ਜ਼ਿਲ੍ਹਾ ਬਠਿੰਡਾ ਜੀ ਤੁਹਾਡੇ ਨਾਲ ਮੈਂ ਫੋਨ ਤੇ ਮੇਰੀ ਕਈ ਵਾਰੀ ਗੱਲਬਾਤ ਹੋਈ ਹੈ। 8 ਮਹੀਨੇ ਪਹਿਲਾਂ ਮੈਂ ਤੁਹਾਡੇ ਕੋਲ ਧਿਆਨ ਲਿਆਂਦਾ ਸੀ ਮਸਲਾ ਕਾਰ ਦੇ ਵਿੱਚ ਸਿੱਧਾ ਖੂਹ ਥੱਲੇ ਕਰਕੇ ਪਾਣੀ ਸਿੱਟ ਰਹੇ ਸੀ ਤੁਹਾਨੂੰ ਵੀਡੀਓ ਵੀ ਭੇਜੀ ਸੀ ਕੋਈ ਕਾਰਵਾਈ ਨਹੀਂ। ਪਰਸੋਂ ਦੀ ਗੱਲ ਆ ਤਾਰੀ ਮੋਗੇ ਦੇ ਵਿੱਚ ਇੱਕ ਡੇਰਾ ਪੈਂਦਾ ਲਗਾਹਾ ਪਿੰਡ ਹੈ ਲੰਗੀਆਂ ਨੇ ਉਹ ਵੀ ਖੂਹ ਸਾਰਾ ਡੇਰੇ ਦਾ ਜਿੰਨਾ ਗੰਦ ਮੰਦ ਸੀਗਾ ਜਿੰਨਾ ਮਲ ਮੂਤਰ ਸੀਗਾ ਸਾਰਾ ਥੱਲੇ ਡਿੱਗ ਜਾਂਦੇ ਸੀ। ਮੈਂ ਉੱਥੇ ਜਾ ਕੇ ਮੌਕੇ ਤੇ ਜਾ ਕੇ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਫੋਨ ਤੇ ਗੱਲ ਕੀਤੀ ਤੁਸੀਂ ਕਿਹਾ ਵੀ ਤੁਰੰਤ ਐਕਸ਼ਨ ਕਰਾਂਗੇ ਵੀ ਤੁਹਾਨੂੰ ਭੇਜੋ ਸਾਨੂੰ ਪਰ ਤੁਹਾਡੇ ਵੱਲੋਂ ਨਾ ਤਾਂ 8 ਮਹੀਨੇ ਪਹਿਲਾਂ ਉਹਦਾ ਕਾਲ ਸੀਗਾ ਗੰਦ ਪਾ ਰਿਹਾ ਸਮਾਇਲ ਪਾ ਰਿਹਾ ਪਾਣੀ ਇੱਕ ਤਾਂ ਪਰਸੋਂ ਇਹਨਾਂ ਵੀਡੀਓ ਆ ਜਾਵੇ ਤੁਹਾਡੇ ਵਟਸਐਪ ਨੰਬਰ ਤੇ ਮੈਂ ਭੇਜ ਦਿੰਦਾ ਨਗਾਹਾ ਪਿੰਡਾਂ ਲੰਘਿਆ ਪਰਸੋਂ ਦੀ ਗੱਲ ਛੱਡੋ ਜੀ ਇਹ ਕਹਿੰਦੇ 8 ਮਹੀਨੇ ਪਹਿਲਾਂ ਕੋਈ ਫੈਕਟਰੀਆਂ ਵਾਲੇ ਨੇ ਕਾਲਜਾਂ ਸਕੂਲਾਂ ਵਾਲੇ ਨੇ ਹਸਪਤਾਲਾਂ ਵਾਲੇ ਨੇ ਕੋਈ ਇਹ ਧਾਰਮਿਕ ਸੰਸਥਾਵਾਂ ਵਾਲੇ ਨੇ ਥਾਂ ਥਾਂ ਤੇ ਬੋਰ ਕੀਤੇ ਹੋਏ ਨੇ ਸ਼ੈਦਰਾਂ ਵਾਲਿਆਂ ਦੇ ਬੋਰ ਕੀਤੇ ਹੋਏ ਸਾਰਾ ਪਾਣੀ ਥੱਲੇ ਸਿੱਟੀ ਜਾਂਦੇ ਆ
ਅਸੀਂ ਤੁਹਾਡੇ ਨਾਲ ਫੋਨ ਕਰਦੇ ਹਾਂ, ਤੁਹਾਡੇ ਨਾਲ ਗੱਲ ਵੀ ਕਰਦੇ ਹਾਂ, ਤੁਹਾਨੂੰ ਵੀਡੀਓ ਵੀ ਭੇਜਦੇ ਹਾਂ, ਕਾਰਵਾਈ ਕੋਈ ਨੀ ਹੈਗੀ। ਜੇ ਮਿੱਟੀਆਂ ਗੋਲੀਆਂ ਦੇ ਕੇ ਮੀਟਿੰਗਾਂ ਕਰਕੇ ਤਾਂ ਕੀ ਫਾਇਦਾ? ਮਿੱਟੀ ਗੋਲੀ ਨੀ ਹੈ ਕੋਈ ਵੀ, ਤੁਸੀਂ ਸਮਝੋ ਪਬਲਿਕ ਨੰਬਰ ਦੇਣ ਲੱਗੇ, ਕੰਪਲੇਂਟ ਦਾ ਨੰਬਰ ਐਡਵਰਟਾਈਜ਼ ਵੀ ਕੀਤਾ। ਅਸੀਂ ਚੌਂਕੀ ਜਾ ਕੇ ਤੁਸੀਂ ਇੰਨਾ ਕੰਮ ਕਰਦਾ ਨਹੀਂ ਜਿਹੜੇ ਚੌਂਕੀ ਹੋਰ ਸੁਣਾ ਹੋਰ ਹੀ ਬੇਨਤੀ। ਆਪਾਂ ਇੱਥੇ ਗੱਲ ਉੱਠੀ ਸੀਗੀ ਕਿ ਮੰਗ ਉੱਠੀ ਸੀਗੀ ਵੀ ਹਰ ਜ਼ਿਲ੍ਹੇ ਦੀ ਜਿਹੜੀ ਤੁਹਾਡੀ ਟੀਮ ਹੈ ਉਹਦੇ ਵਿੱਚ ਬੰਦਾ ਪਾਇਆ ਜਾਵੇ। ਅਸੀਂ ਕਹਿੰਦੇ ਬਠਿੰਡੇ, ਮੇਰਾ ਵਿਆਹ ਬਠਿੰਡਾ ਜ਼ਿਲ੍ਹਾ, ਬਠਿੰਡੇ ਵੱਲੋਂ ਮੈਨੂੰ ਪਾ ਦਿਓ। ਜਿਹੜੀ ਐਕਸ਼ਨ ਦੀ ਗੱਲ ਹੈ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ 6 ਮਹੀਨਾ ਟਾਈਮ ਦੇ ਵਿੱਚ ਬੂੰਦ ਵੀ ਪਾਣੀ ਕੋਈ ਧਰਤੀ ਹੇਠਾਂ ਪਾ ਲਈ ਤੇ ਆਪਣੀ ਨੀਂਦ ਸਾਫ਼ ਹੋ ਗਈ। ਮਤਲਬ ਨੀ ਕੋਈ ਪਾ ਦੇ ਪਾਣੀ ਹੋ ਰਹੀ। ਥੋੜੀ ਬੇਨਤੀ ਰਹੇਗੀ, ਬੜਾ ਬੜਾ ਮਹੱਤਵਪੂਰਨ ਵਿਸ਼ਾ। ਆਹ ਦੇਖੋ ਜੀ, ਅਖੀਰ ਦੀ ਮੇਰੀ ਬੇਨਤੀ ਆ, ਸੇ ਨੋ ਟੂ ਪਲਾਸਟਿਕ ਯੂਜ ਯੂਟ ਇਜ ਬੈਗ। ਆਹ ਦੇਖੋ, ਛੋਟੇ ਮੈਂ ਮੀਟਿੰਗ ਹਾਲ ਦੇ ਵਿੱਚ ਇੱਕ ਵੀ ਸ਼ਬਦ ਪੰਜਾਬੀ ਦਾ ਨਹੀਂ। ਡੌਂਸਪੁਰਾ ਦੀ ਪੰਚਾਇਤ ਬੈਠੀ ਹੈ, ਇਹਨਾਂ ਨੇ ਮੰਗ ਉਠਾਈ ਸੀ, ਜਿਹੜੇ ਸਾਡੇ ਅਧਿਕਾਰੀ ਨੇ ਅੰਗਰੇਜ਼ੀ ਚ ਐਪਲੀਕੇਸ਼ਨ ਲਿਖ ਦਿੰਦੇ ਨੇ, ਕਹਿੰਦੇ ਨੇ ਦਸਤਖਤ ਕਰ ਦੇ, ਰਿਪੋਰਟ ਬਣਾ ਕੇ ਭੇਜਤੀ, ਕੀ ਪੱਲੇ ਪਊਗਾ ਜੀ ਸਾਡਾ? ਆਹ ਦੇਖੋ, ਆਹ ਕਾਨੂੰਨ ਦੀ ਲੰਘਣਾ ਹੈ। ਲੱਖਾਂ ਸਿਧਾਣਾ ਵੱਲੋਂ ਪਾਣੀ ਦੇ ਮੁੱਦੇ ਤੇ ਕਾਫੀ ਗੰਭੀਰਤਾ ਦਿਖਾਈ ਜਾ ਰਹੀ ਹੈ ਤੇ ਦੇਖਿਆ ਜਾਵੇ ਤਾਂ ਪਾਣੀ ਕਾਫੀ ਗੰਦਲਾ ਹੋ ਰਿਹਾ ਤੇ ਵੇਸਟ ਵੀ ਹੋ ਰਿਹਾ, ਜੋ ਕਿ ਸਰਾਸਰ ਗਲਤ ਹੈ। ਧਰਤੀ 'ਚ ਵੀ ਪਾਣੀ ਦਾ ਪੱਧਰ ਕਾਫੀ ਡੂੰਘਾ ਹੋ ਗਿਆ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।